ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸੰਤ ਖਾਲਸਾ ਨਗਰ ਰੋਡੇ, ਜਨਮ ਸਥਾਨ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਪਿੰਡਰਾਂਵਾਲੇ। ਇਸ ਪਵਨ ਸਥਾਨ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਆਪ ਜੀ ਕਰ ਰਹੇ ਹੋ। ਸੰਥਿਆ ਗੁਰਬਾਣੀ ਦੀ ਚੱਲ ਰਹੀ ਹੈ। ਸਾਰੇ ਸਿੰਘਾਂ ਨੂੰ ਜੋ ਇਸ ਵੇਲੇ ਸ਼ਾਮ ਦੇ ਸਮੇਂ ਦੀ ਸੰਥਿਆ ਚੱਲ ਰਹੀ ਹੈ, ਉਹਦੇ ਦਰਸ਼ਨ ਕਰਾਉਂਦੇ ਹਾਂ ਕਿ ਗੁਰੂ ਕੇ ਸਿੱਖ ਬੜੇ ਪ੍ਰੇਮ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦੀ ਸੰਥਿਆ ਕਰ ਰਹੇ ਹੈ। ਇਹ ਦੂਸਰੀ ਕਲਾਸ ਹੈ, ਪਹਿਲਾਂ ਸਵੇਰ ਦੀ ਕਲਾਸ ਲੱਗਦੀ ਹੈ, ਇਹ ਦੁਪਹਿਰ ਦੀ ਹੈ, ਉਸ ਤੋਂ ਬਾਅਦ ਸ਼ਾਮ ਦੀ ਕਲਾਸ ਇੱਕ ਹੋਰ ਲੱਗੇਗੀ। ਟੋਟਲ 60 ਵਿਦਿਆਰਥੀ ਪੜ੍ਹਦੇ ਹਨ। ਆਪ ਸੰਗਤਾਂ ਦੀ ਜਾਣਕਾਰੀ ਵਿੱਚ ਤੇ ਬੇਨਤੀ ਹੈ ਕਿ ਜੇ ਹੋਰ ਵੀ ਗੁਰੂ ਕੇ ਸਿੱਖ ਸੰਥਿਆ ਪ੍ਰਾਪਤ ਕਰਨੀ ਚਾਹੁਣ, ਕੋਈ ਵਿਦੇਸ਼ਾਂ ਤੋਂ ਆ ਕੋਈ ਗੁਰੂ ਕਾ ਸਿੱਖ ਇੱਥੇ ਸੰਥਿਆ ਲੈਣੀ ਚਾਹੇ, ਇੱਥੇ ਮਹਾਰਾਜ ਦੀ ਕਿਰਪਾ ਨਾਲ ਰਿਹਾਇਸ਼ ਦਾ ਪ੍ਰਬੰਧ ਹੈ ਅਤੇ ਸੰਥਿਆ ਦਾ ਵਧੀਆ ਦਮਦਮੀ ਟਕਸਾਲ ਵੱਲੋਂ ਵਿਦਿਆ ਪ੍ਰਾਪਤ ਉਸਤਾਦ ਜਿਹੜੇ ਸੰਥਿਆ ਕਰਾਉਂਦੇ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਇਹ ਜਿਹੜੇ ਸਿੰਘ ਸੰਥਿਆ ਕਰ ਰਹੇ ਹਨ, ਉਹਨਾਂ ਦੀ ਮੈਂ ਆਪ ਜੀ ਨੂੰ ਇਹ ਵੀਡੀਓ ਕਰ ਰਿਹਾ ਹਾਂ ਕਿ ਲਗਾਤਾਰ ਜਿਹੜੀ ਸੰਥਿਆ ਹੈ ਉਹ ਗੁਰਬਾਣੀ ਦੀ ਚੱਲ ਰਹੀ ਹੈ। ਬਹੁਤ ਸਾਰੇ ਗੁਰੂ ਕੇ ਸਿੱਖ ਸੰਥਿਆ ਦਾ ਭੋਗ ਪਾ ਕੇ ਦੂਸਰੀ ਵਾਰ ਜਾਂ ਤੀਸਰੀ ਵਾਰ ਵੀ ਸੰਥਿਆ ਕਰਦੇ ਹਨ। ਫਿਰ ਉਹਨਾਂ ਨੂੰ ਅਖੰਡ ਪਾਠ ਦੀਆਂ ਰੌਲਾਂ ਦੀ ਸੇਵਾ ਦਿੱਤੀ ਜਾਂਦੀ ਹੈ ਤਾਂ ਕਿ ਪਾਠ ਦੀ ਸ਼ੁੱਧਤਾ ਦੇ ਨਾਲ ਨਾਲ ਪਾਠ ਪ੍ਰਚਲਿਤ ਵੀ ਹੁੰਦਾ ਜਾਵੇ। ਇਹ ਜੋ ਪਿੱਛੇ ਸਿੰਘ ਖੜ੍ਹੇ ਹਨ, ਇਹ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬਲਵਿੰਦਰ ਸਿੰਘ ਜੀ ਹਨ, ਜਿਹੜੇ 3 ਸਤਾਦਾਂ ਦੇ ਨਾਲ ਆਪ ਵੀ ਸਾਰੀ ਨਿਗਰਾਨੀ ਰੱਖਦੇ ਹਨ। ਸਤਿਗੁਰੂ ਦੀ ਕਿਰਪਾ ਦੇ ਨਾਲ, ਬਹੁਤ ਹੀ ਅਕਾਲ ਪੁਰਖ ਦੀ ਕਿਰਪਾ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਸਾਰਾ ਸੰਥਿਆ ਦਾ ਪ੍ਰਵਾਹ ਚੱਲ ਰਿਹਾ, ਜੋ ਕਿ ਦਮਦਮੀ ਟਕਸਾਲ ਦਾ ਮੁੱਖ ਮੰਤਵ ਹੈ, ਜਿਸ ਲਈ ਕਲਗੀਧਰ ਪਾਤਸ਼ਾਹ ਜੀ ਨੇ ਦਮਦਮੀ ਟਕਸਾਲ ਚਲਾਈ ਕਿ ਅਸੀਂ ਗੁਰੂ ਕੇ ਸਿੱਖਾਂ ਨੂੰ ਗੁਰਬਾਣੀ ਦਾ ਅਰਥ ਬੋਧ ਸਮਝਾ ਸਕੀਏ। ਸੋ ਸਤਿਗੁਰੂ ਦੀ ਕਿਰਪਾ ਨਾਲ, ਦਸਮ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਇਹ ਸਾਰੇ ਨੌਜਵਾਨ ਸੰਥਿਆ ਕਰ ਰਹੇ ਹਨ। ਅਤੇ ਦੂਸਰੇ ਪਾਸੇ ਕੁਝ ਬੀਬੀਆਂ ਹਨ ਜਿਹੜੀਆਂ ਸਵੇਰ ਦੀ ਸੰਥਿਆ ਵਿੱਚ ਨਹੀਂ ਸਨ ਆ ਸਕੀਆਂ, ਉਹ ਇਹ ਬੀਬੀਆਂ ਦੀ ਸੰਥਿਆ ਦੂਸਰੇ ਪਾਸੇ ਚੱਲ ਰਹੀ ਹੈ। ਇੱਥੇ ਵੀ ਇੱਕ ਉਸਤਾਦ ਜੋ ਬਾਣੀ ਪੜ੍ਹਾਉਂਦਾ ਹੈ, ਸੇਵਾਦਾਰ ਹੈ, ਉਹ ਇਹਨਾਂ ਬੀਬੀਆਂ ਨੂੰ ਜੋ ਗੁਰਬਾਣੀ ਦੀ ਸੰਥਿਆ ਕਰ ਰਹੀਆਂ ਹਨ, ਇਹਨਾਂ ਨੂੰ ਵੀ ਸੰਥਿਆ ਨਾਲ ਪੜ੍ਹਾਈ ਜਾਂਦੀ ਹੈ। ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਨੂੰ ਹੋਰ ਵੀ ਆਪ ਜੀ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਨਾਲ ਲੈਣ। ਇੱਥੇ ਕੀਰਤਨ ਸਿਖਾਉਣ ਵਾਸਤੇ ਵੀ ਉਪਰਾਲੇ ਕੀਤੇ ਜਾ ਰਹੇ ਹਨ, ਦਸਮ ਦੀ ਬਾਣੀ ਦੀ ਸੰਥਿਆ ਦੇ ਵੀ ਉਪਰਾਲੇ ਹੋ ਰਹੇ ਹਨ ਅਤੇ ਨਾਲ ਨਾਲ ਸ਼ਾਸਤਰ ਵਿੱਦਿਆ ਵਾਸਤੇ ਗੱਤਕੇ ਦੀ ਵਿੱਦਿਆ ਦੇਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਇਹਨਾਂ ਸਾਰੀਆਂ ਸੇਵਾਵਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਨਿਪਟੇ ਚੜ੍ਹਾਉਣ। ਸਾਡੀ ਸਾਰੀਆਂ ਸਿੱਖ ਸੰਗਤਾਂ ਦੀ ਇਹੀ ਅਰਦਾਸ ਬੇਨਤੀ ਹੈ ਕਿ ਜਿਵੇਂ ਹਰ ਸੰਗਰਾਂਦ ਨੂੰ ਇੱਥੇ ਅੰਮ੍ਰਿਤ ਸੰਚਾਰ ਹੁੰਦਾ ਹੈ, ਦੂਰ ਦੁਰਾਡੇ ਤੋਂ ਇਲਾਕੇ ਦੀਆਂ ਸੰਗਤਾਂ ਅੰਮ੍ਰਿਤ ਛਕਦੀਆਂ, ਰੋਜ਼ਾਨਾ ਕਥਾ ਹੁੰਦੀ ਹੈ, ਦੋ ਟਾਈਮ ਸਵੇਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹੁੰਦੀ ਹੈ, ਇੱਕ ਕਥਾ ਦਾ ਭੋਗ ਪੈ ਚੁੱਕਾ ਹੈ, ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ ਹੈ। ਇਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਜੀ ਕਥਾ ਦੀ ਸੇਵਾ ਨਿਭਾਉਂਦੇ ਆ, ਸਤਿਗੁਰੂ ਸੱਚੇ